हाँ जी किसान भीरों, वाहेगुरु जी का खालसा वाहेगुरु जी की फतेह। फगवाड़ा गुड ग्रो क्रॉपिंग सिस्टम के नाल जो आपां खेती मॉडल चल रहा, तो किसान बहुत सारे वीर आ जिहड़े ये मॉडल नूं अपना रहे आ, उस लड़ी तहत ही अज्ज असीं पिंड हिम्मतपुरा निहाल सिंह वाला जिला मोगे का पिंड आ, उत्थे कुलदीप सिंह जी पिछली बार ने नरमा भी लाया सी, इन्हां कोल पहुंचे आ, जिन्हां ने अपने खेत के 32,000 दाणा जिहड़ा पैंदा इक किले का, यानी 1.25 किलो बीज अंदाजा, तो 9 इंच से हरेक बैड पर लाया जाता, उन्हां नाल गल्लबात करदे आ। हाँ जी कुलदीप सिंह जी, वाहेगुरु जी का खालसा वाहेगुरु जी की फतेह। सब तो पहला दरबारे खालसा दे टीम का इत्थे आने बहुत बहुत धन्यवाद किया जाता। हाँ जी धन्यवाद जी। बाकी बिजाई 5 ते 6 नवंबर 5 नूं छोलियां दी कीती गई है, 6 नूं कणक दी लाई है, 2-2 फुट ते लैण तों लैण फर्क दा फासला, 8-9 इंच ते बूटे तों बूटे दा फासला रख्या गया दो कणक दा। हाँ जी, ਯਾਨੀ ਤੇ ਜਿਹੜੇ ਛੋਲੇ ਲਾਏ ਉਹ ਵੀ ਵਿਚਾਲੇ ਬੈੱਡ ਦੇ ਉਹ ਲਾਤੇ ਇੱਕ ਇੱਕ ਦਾ। ਹਾਂਜੀ ਇੱਕ ਇੱਕ ਲਾਈਨ ਉਹ ਲਾਤੀ। ਕਿੰਨਾ ਬੀਜ ਪਿਆ ਛੋਲਿਆਂ ਦਾ? 1 ਕਿਲੋ ਪੈ ਗਿਆ ਜੀ, ਅੱਧਾ ਕਿੱਲੇ 'ਚ। 1 ਕਿੱਲਾ ਅੱਧਾ ਕਿੱਲਾ ਇਹ ਕਣਕ ਇੱਥੇ ਬੀਜੀ ਹੋਈ ਆ, ਅਤੇ ਆਹ ਤੁਸੀਂ ਛੋਲੇ ਆ ਦੇਖ ਰਹੇ ਆ, ਇਹਦੇ ਵਿੱਚ ਟਾਟਾਂ ਬਹੁਤ ਵਧੀਆ ਬਣੀਆਂ ਹੋਈਆਂ, ਛੋਲੇ ਵੀ ਨਾਲ ਹੀ ਇਹਨਾਂ ਨੇ ਲੈ ਲੈਣੇ ਆ, ਅਤੇ ਕਣਕ ਆ ਜਿਹੜੀ ਇਹ ਕਣਕ ਡਿੱਗੀ ਨਹੀਂ ਹੈ ਨਾ ਜੀ? ਹਾਂਜੀ ਹਾਂਜੀ, ਆਸ ਪਾਸ ਦੀਆਂ ਕਣਕਾਂ ਤੁਸੀਂ ਦੇਖੀਆਂ ਵੀ ਡਿੱਗ ਪਈਆਂ ਬਹੁਤ ਸਾਰੀਆਂ, ਆਸ ਪਾਸ ਦੀਆਂ ਕਣਕਾਂ ਸਾਰੀਆਂ ਡਿੱਗੀਆਂ ਪਈਆਂ, ਅਤੇ ਬੱਲੀ ਵੀ ਬਹੁਤ ਵਧੀਆ, ਦਾਣਾ ਬਹੁਤ ਵਧੀਆ, ਅਤੇ ਖਾਦ ਜੀ ਇਹਦੇ ਵਿੱਚ ਕੋਈ? ਮੁਰਗੀਆਂ ਵੀ ਖਾਦ ਪਾਈ ਆ ਜੀ ਕੱਲੀ। ਅੱਛਾ ਜੀ, ਕੁਆਂਟਲ ਕਦੇ ਨੇੜ ਪਾਤੀ? ਅੱਛਾ ਜੀ, ਹੋਰ ਕੋਈ ਖਾਦ ਨਹੀਂ ਪਾਈ? ਯੂਰੀਆ DAP ਕੁਛ ਨਹੀਂ ਪਹਿਲਾਂ? ਹਾਂਜੀ, ਸਭ ਕੁਝ ਬੈੱਡ ਬਣਾ ਕੇ ਬਸ। ਅਤੇ ਕਿੰਨੇ 3 ਕੁ ਬੰਦਿਆਂ ਨੇ ਤੁਸੀਂ ਦੱਸਿਆ? ਹਾਂਜੀ 3 ਕੁ ਬੰਦੇ ਲਾ ਦਿੰਦੇ ਆ, ਇੱਕ ਦਿਹਾੜੀ 'ਚ ਲਾਉਣੇ ਹੁਣ ਤਾਂ। ਠੀਕ ਹੈ ਜੀ, ਇੰਨੀ ਕੁ ਲੇਬਰ ਪਈ ਆ ਇਹਨਾਂ ਨੂੰ ਜਿਹੜਾ ਇਹ ਇੱਕ ਦਾਣਾ ਇਹਨਾਂ ਨੇ ਲਾਇਆ ਗਾ, ਅਤੇ ਹੋਰ ਕੋਈ ਖਰਚਾ ਨਹੀਂ ਹੋਇਆ ਕਿਸਾਨ ਵੀਰੋ? ਅਤੇ ਪਾਣੀ ਦੀ ਬੱਚਤ ਜੀ? ਪਾਣੀ 2 ਪਾਣੀ ਲਾਇਆ ਜੀ ਸਿਰਫ। ਅੱਛਾ, 2 ਪਾਣੀ ਲਾਏ ਇਹਨੂੰ ਕਣਕ ਨੂੰ। ਸੋ ਇਸ ਤਰ੍ਹਾਂ ਇਹ ਜਿਹੜੀ ਹੈਗੀ ਆ ਬਹੁਤ ਵਧੀਆ ਖੇਤੀ ਆ ਕਿਸਾਨ ਵੀਰੋ, ਤੁਸੀਂ ਇੱਥੇ ਆ ਕੇ ਦੇਖ ਵੀ ਸਕਦੇ ਹੋ। ਤੁਹਾਡਾ ਮੋਬਾਈਲ ਨੰਬਰ ਜੀ? 98761-3319 98761-3319 ਕੁਲਦੀਪ ਸਿੰਘ ਹਿੰਮਤਪੁਰਾ, ਇਹਨਾਂ ਦੇ ਸੰਪਰਕ ਕਰ ਸਕਦੇ ਹਾਂ। ਪਰਮਿੰਦਰ ਸਿੰਘ ਜੀ ਨੇ, ਇਹ ਵੀ ਇਹ ਫਵਾੜਾ ਮਾਡਲ ਦੇ ਬਹੁਤ ਸ਼ੌਂਕ ਰੱਖਦੇ ਨੇ। ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਕਿਸਾਨਾਂ ਨੂੰ ਇਹਦੇ ਫਵਾੜਾ ਦਾ ਮਾਡਲ ਬਾਰੇ? ਕੀ ਲੱਗਦਾ ਤੁਹਾਨੂੰ ਇਹ ਕੀ ਇਹਦੇ ਫਾਇਦੇ ਨੇ? ਇਹਦੇ ਫਾਇਦੇ ਇਹਦੇ, ਇੱਕ ਤਾਂ ਪਾਣੀ ਦੀ ਬੱਚਤ ਆ ਜੀ। ਹਾਂਜੀ। ਦੂਸਰਾ ਇਹਦੇ ਵਿੱਚ ਖਾਦਾਂ ਤੋਂ ਵੀ ਬਹੁਤ ਘੱਟ ਲੋੜ ਪੈਂਦੀ ਆ, ਬਿਲਕੁਲ ਹੀ ਦੂਜੇ ਸਾਲ ਤਾਂ ਬਿਲਕੁਲ ਹੀ ਬੰਦ ਹੋ ਜਾਂਦੀ ਆ। ਠੀਕ ਹੈ ਜੀ। ਮੈਂ ਵੀ ਮਸਰੀ ਤੇ ਮੱਕੀ ਆ ਕਣਕ ਲਾਈ ਆ, ਹਾਂਜੀ, ਉਹ ਤੇ ਬਿਲਕੁਲ ਕੋਈ ਖਾਦ ਨਹੀਂ ਪਾਈ, ਬਹੁਤ ਵਧੀਆ ਫਸਲ ਖੜੀ ਆ। ਤੇ ਅਸੀਂ ਤਾਂ ਇਹੀ ਸੁਨੇਹਾ ਦੇਵਾਂਗੇ ਵੀ ਕਣਕ ਨੂੰ ਪੈਦਾ ਕਰਨ ਵਾਸਤੇ ਇੱਕ ਤਾਂ ਇਹਦੇ ਵਿੱਚ ਖੁਰਾਕੀ ਤੱਤ ਸਹੀ ਬਣਦੇ ਆ, ਤੇ ਦੂਜਾ ਜਿਹੜਾ ਰਿਹਾ ਖਾਦਾਂ ਤੋਂ ਬਚਤ ਹੁੰਦੀ ਆ ਉਹ ਪੈਦਾ ਹੁੰਦਾ, ਤੇ ਪਾਣੀ ਦੀ ਵੱਡੀ ਬਚਤ, ਪਾਣੀ ਦੀ ਬਹੁਤ ਵੱਡੀ ਬਚਤ ਆ। ਬਾਕੀ ਜਿਹੜਾ ਨਿਊਟ੍ਰੀਸ਼ਨ ਦਾਣੇ ਦੇ ਵਿੱਚ ਬਣਨਾ ਉਹਦਾ ਬਹੁਤ ਵਧੀਆ ਫਾਇਦਾ ਹੁੰਦਾ ਖੁਰਾਕਾਂ ਦੇ ਵਿੱਚ। ਹਾਂ, ਸਾਡੇ ਖੁਰਾਕ ਵਾਸਤੇ ਜਾਣੀ ਇਹ ਜਿਹੜਾ ਹੈਗਾ ਭੋਜਨ ਆ ਸਾਡਾ ਉਹ ਬਹੁਤ ਵਧੀਆ ਬਣ ਰਿਹਾ। ਬੱਲੀਆਂ ਤੁਸੀਂ ਦੇਖ ਰਹੇ ਆ, ਨੰਬਰ ਤੁਹਾਨੂੰ ਦੇਤਾ ਗਾ, ਬਾਅਦ ਦੇ ਵਿੱਚ ਜਦੋਂ ਇਹ 15-20 ਮਹੀਨੇ ਨੂੰ ਤੁਸੀਂ ਇਹਨਾਂ ਨੂੰ ਫੋਨ ਕਰਿਓ ਕੁਲਦੀਪ ਸਿੰਘ ਨੂੰ, ਝਾੜ ਤੁਹਾਨੂੰ ਇਹ ਦੱਸ ਦੇਣਗੇ ਕਿੰਨਾ ਨਿਕਲਿਆ। ਦੇਖਣੀ ਹੋਵੇ ਹੁਣ ਤੁਸੀਂ ਆ ਕੇ ਹਿੰਮਤਪੁਰੇ ਪਿੰਡ ਦੇ ਵਿੱਚ ਇਹਨਾਂ ਨੂੰ ਫੋਨ ਕਰ ਲਓ, ਆ ਕੇ ਕਣਕ ਆਪ ਦੇਖ ਕੇ ਜਾਓ ਕਿ 1.25 ਕਿਲੋ 1.5 ਕਿਲੋ ਬੀਜ ਪਾ ਕੇ ਕਿੱਲੇ ਦਾ 32,000 ਦਾਣੇ ਦੇ ਨਾਲ ਕਿੰਨੀ ਵਧੀਆ ਕਣਕ ਹੋਈ ਵੀ ਆ, ਪਾਣੀ ਦੀ ਘੱਟ ਬਚਤ, ਪਾਣੀ ਦੀ ਬਹੁਤ ਸਾਰੀ ਬਚਤ, ਅਤੇ ਫਿਰ ਰੇਹਾਂ ਸਪਰੇਹਾਂ ਤੋਂ ਬਿਨਾਂ ਜਿਹੜੀ ਹੋਈ ਆ, ਇਸ ਤਕਨੀਕ ਦੇ ਨਾਲ ਅਸੀਂ ਜਿਹੜੀਆਂ ਫਸਲਾਂ ਬੀਜਾਂਗੇ ਤਾਂ ਉਹਦਾ ਸਾਨੂੰ ਬਹੁਤ ਫਾਇਦਾ ਹੋਵੇਗਾ। ਬਾਕੀ ਕੁਲਦੀਪ ਸਿੰਘ ਜੀ, ਤੁਸੀਂ ਮੈਨੂੰ ਲੱਗਦਾ ਬਈ ਕੋਈ ਜੂਨ ਸੈਮੀਨਾਰ ਜਾਂ ਹੋਰ ਹੈ ਨਾ ਕਿਤੇ ਗਏ? ਹੋਰ ਕਿਤੇ ਜਾ ਨਹੀਂ ਸਕੇ, ਸਿਰਫ ਯੂਟਿਊਬ 'ਤੇ ਵੇਖ ਕੇ ਖੇਤੀ ਸ਼ੁਰੂ ਕੀਤੀ ਹੈ ਇਹਨਾਂ ਨੇ। ਸਾਰਾ ਯੂਟਿਊਬ ਚੈਨਲ ਦਰਬਾਰੇ ਖਾਲਸਾ ਆਪਣਾ ਚੱਲਦਾ, ਉੱਥੋਂ ਇਹ ਵੀਡੀਓ ਦੇਖਦੇ ਨੇ, ਉੱਥੋਂ ਵੀਡੀਓ ਦੇਖ ਕੇ ਇਹਨਾਂ ਨੇ ਆਪਣੇ ਖੇਤ 'ਚ ਇਹ ਮਾਡਲ ਆ ਲਾਗੂ ਕਰਤਾ। ਜੇ ਤੁਸੀਂ ਵੀ ਇਹ ਖੇਤੀ ਨਾਲ ਜੁੜਨਾ ਚਾਹੁੰਦੇ ਆ, ਤੁਸੀਂ 97806-32,000 'ਤੇ ਆਪਣਾ ਨਾਮ ਅਤੇ ਪਿੰਡ ਲਿਖ ਕੇ ਵਟਸਐਪ ਕਰ ਦਿਓ, ਤੁਹਾਨੂੰ ਇੱਕ ਲਿੰਕ ਆ ਜਾਣਗੇ। ਜੂਮ ਦਾ ਲਿੰਕ ਹੁੰਦਾ, ਮੰਗਲਵਾਰ ਬੁੱਧਵਾਰ ਵੀਰਵਾਰ ਡਾਕਟਰ ਅਵਤਾਰ ਸਿੰਘ ਸ਼ਾਮ ਨੂੰ ਸਾਰੀ ਜਿਹੜੀ ਹੈਗੀ ਇਹਦੀ ਟ੍ਰੇਨਿੰਗ ਦਿੰਦੇ ਆ ਜੂਮ 'ਤੇ। ਘਰੇ ਬੈਠੇ ਤੁਸੀਂ ਕੋਈ ਵੀ ਸਵਾਲ ਆ ਤੁਹਾਡੇ, ਫਸਲ ਬੀਜਣੀ ਆ ਉਹ ਦੱਸਿਆ ਜਾਂਦਾ ਗਾ ਹਰ ਬੁੱਧਵਾਰ। ਫਗਵਾੜੇ ਜਾ ਕੇ ਤੁਸੀਂ ਖੇਤੀ ਸਤਸੰਗ ਹੁੰਦਾ, 10 ਵਜੇ ਤੱਕ ਉੱਥੇ ਪਹੁੰਚ ਸਕਦੇ ਆ। ਅਤੇ ਡਾਕਟਰ ਅਵਤਾਰ ਸਿੰਘ ਦਾ ਨੰਬਰ 9465-7552। ਸੋ ਇਸ ਤਰ੍ਹਾਂ ਜਿਹੜਾ ਹੈਗਾ ਤੁਹਾਨੂੰ ਵੱਖ ਵੱਖ ਤਰੀਕਿਆਂ ਨਾਲ ਸੋਸ਼ਲ ਮੀਡੀਆ ਰਾਹੀਂ ਤੁਸੀਂ ਘਰੇ ਬੈਠੇ ਇਹਦੀ ਜਾਣਕਾਰੀ ਲੈ ਕੇ ਆਪਣੇ ਖੇਤਾਂ ਦੇ ਵਿੱਚ ਇਹ ਕੋਈ ਫਸਲ ਆ ਜਿਹੜੀ ਲਾ ਸਕਦੇ ਹਾਂ। ਕੋਈ ਇਹਦੀ ਫੀਸ ਨਹੀਂ, ਕੋਈ ਟ੍ਰੇਨਿੰਗ ਦੀ ਫੀਸ ਨਹੀਂ, ਕੋਈ ਹੋਰ ਖਰਚਾ ਨਹੀਂ ਲਿਆ ਜਾਂਦਾ, ਕੋਈ ਅਸੀਂ ਤੁਹਾਨੂੰ ਬੀਜ ਨਹੀਂ ਵੇਚਣਾ, ਕੋਈ ਪ੍ਰੋਡਕਟ ਸੇਲ ਨਹੀਂ ਕਰਨਾ ਗਾ। ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਇਹ ਜਿਹੜੀ ਮਾਡਲ ਆ ਇਹਨੂੰ ਜ਼ਰੂਰ ਆਪਣੇ ਖੇਤਾਂ 'ਚ 1.5 ਕਿੱਲਾ ਜ਼ਰੂਰ ਲਾ ਕੇ ਦੇਖੋ। ਸੋ ਤੁਹਾਡਾ ਧੰਨਵਾਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।